ਦਸ ਜੁਲਾਈ ਦੇ ਵਿਸ਼ੇਸ਼ ਮਹਿਮ ਤਹਿਤ ਠਾਣਾ ਮੁਖੀ ਫਿਲੌਰ ਸੁਖਦੇਵ ਸਿੰਘ ਨੇ ਇੱਕ ਔਰਤ ਨੂੰ 52 ਗ੍ਰਾਮ ਹੀਰੋਇਨ ਸਮੇਤ ਕੀਤਾ ਕਾਬੂ। ਇਸ ਸੰਬੰਧੀ ਠਾਣਾ ਮੁਖੀ ਨੇ ਦੱਸਿਆ ਕਿ ਹਾਈਟੈਕ ਨਾਕੇ ਤੇ ਨਾਕਾਬੰਦੀ ਦੌਰਾਨ ਬੱਸ ਵਿੱਚ ਉਤਰੀ ਇੱਕ ਔਰਤ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ। ਉਸਨੇ ਆਪਣਾ ਨਾਮ ਅਮਰਜੀਤ ਕੌਰ ਉਰਫ ਜੀਤਾ, ਪਤਨੀ ਬਲਵੀਰ ਰਾਮ ਵਾਸੀ ਤਲਵੰਡੀ ਕਲਾਂ ਦੱਸਿਆ, ਜਿਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 52 ਗ੍ਰਾਮ ਹੀਰੋਇਨ ਬਰਾਮਦ ਹੋਈ। ਇਸ ਤੇ ਮੁਕਦਮਾ ਦਰਜ ਕਰਕੇ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਔਰਤ ਦੇ ਖਿਲਾਫ ਪਹਿਲਾਂ ਵੀ ਕਈ ਪਰਚੇ ਦਰਜ ਹਨ ਤੇ ਲੰਮੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੀ ਹੈ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਇਹ ਸਾਡੇ ਥਾਣੇ ਦੇ ਏਐਸਆਈ ਧਰਮਿੰਦਰ ਸਿੰਘ ਨਾਲ ਈਡੀ ਫੋਰਸ ਹਾਈਟੈਕ ਨਾਕਾ ਲਗਾਇਆ ਹੋਇਆ ਸੀ, ਜਿੱਥੇ ਇੱਕ ਲੇਡੀ ਜਿਸਦਾ ਨਾਮ ਅਮਰਜੀਤ ਕੌਰ ਉਰਫ ਜੀਤਾ ਵਾਸੀ ਤਲਵੰਡੀ ਕਲਾਂ ਥਾਣਾ ਲੋਡੋਵਾਲ ਜ਼ਿਲ੍ਹਾ ਲੁਧਿਆਣਾ ਵਜੋਂ ਸ਼ਨਾਖਤ ਹੋਈ ਹੈ, ਜਿਸ ਪਾਸੋਂ 52 ਗ੍ਰਾਮ ਹੈਰਨ ਅਤੇ 7000 ਡਰੱਗ ਮਨੀ ਦੀ ਰਿਕਵਰੀ ਹੋਈ ਹੈ, ਜਿਸ 'ਤੇ ਵਰਖਿਲਾਫ਼ ਮੁਕਦਮਾ 162 ਮਿਤੀ 13/6/24 ਅਨੁਸੈਕਸ਼ਨ 379 ਥਾਣਾ ਫਿਲੌਰ ਦਰਜ ਕੀਤਾ ਗਿਆ, ਜਿਸ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ। ਔਰ ਇਸ ਦੇ ਖਿਲਾਫ਼ ਪਹਿਲਾਂ ਵੀ 5 ਮੁਕਦਮੇ ਜੋ ਡਰੱਗ ਐਕਟ ਦੇ NDPS ਐਕਟ ਦੇ ਦਰਜ ਨੇ, ਵੱਖ ਵੱਖ ਥਾਣਿਆਂ ਵਿੱਚ ਜੋ ਇਹ ਹਲਚਲ ਅਫੈਂਡਰ ਹੈਗੀ ਆ, ਇਹ ਹੈਰਨ ਵੇਚਣ ਦੀ ਆਦੀ ਆ। ਸਰ ਕਿੱਥੋਂ ਲਿਆਉਂਦੀ, ਕਿੱਥੇ ਵੇਚਦੀ? ਇਹ ਅਜੇ ਅਸੀਂ ਪੁੱਛਗਿੱਛ ਚੱਲ ਰਹੀ ਹੈ। ਕੀ ਰਿਮਾਂਡ 'ਤੇ ਜੀ? ਹਾਂਜੀ। ਅਤੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਇਹ ਨਸ਼ੀਲੇ ਪਾਊਡਰ ਦਾ? ਇਹ ਜੋ ਮੁਕਦਮਿਆਂ ਦੇ ਵਿੱਚ ਤਾਂ ਇਹਦੇ 2022-23 ਦੇ ਮੁਕਦਮੇ ਨੇ, 5 ਮੁਕਦਮੇ। ਔਰ ਇਸਨੇ ਮੰਨਿਆ ਕਿ 4-5 ਸਾਲ ਤੋਂ ਇਹ ਜੋ ਚਿੱਟਾ ਵੇਚਣ ਦਾ ਧੰਦਾ ਕਰਦੇ ਸੀ। ਇਹਦੇ ਨਾਲ ਦਾ ਹੋਰ ਕੋਈ ਸਾਥੀ ਜਾਂ ਲੇਡੀਜ਼ ਹੋ ਸਕਦੀ ਨਾਲ? ਹਾਂਜੀ, ਇਹਨੇ ਆਪਣੇ ਪਿੰਡ ਦੇ ਕੁਝ ਸਾਥੀਆਂ ਬਾਰੇ ਦੱਸਿਆ, ਉਹ ਆਪਣੇ ਘਰਾਂ ਤੋਂ ਭੱਜੇ ਗਏ ਨੇ, ਉਹਨਾਂ ਦੇ ਘਰਾਂ ਦੇ ਵੀ ਰੋਕ ਕੀਤੇ ਗਏ। ਠੀਕ ਹੈ।